ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਹਨਾਂ ਦੁਖੀ ਕਿਸਾਨਾਂ ਕੋਲ ਪਹੁੰਚੇ ਹਾਂ ਜਿਨ੍ਹਾਂ ਦੀ ਕੋਈ ਵੀ ਸਾਰ ਕਿਸੇ ਸਰਕਾਰੀ ਅਧਿਕਾਰੀ ਨੇ ਨਹੀਂ ਲਈ। ਇਹ ਦੂਜੇ ਮਹੀਨੇ ਦੀ ਪਹਿਲੀ ਤਰੀਕ ਨੂੰ ਗੜੇਮਾਰੀ ਹੋਈ ਆ ਆਪਣੇ ਇਲਾਕੇ ਦੇ ਵਿਚ, ਖਮਾਣੋ ਤੋਂ ਲੈ ਕੇ ਸਮਰਾਲਾ ਸਾਰਾ ਏਰੀਆ ਉਹ ਤੁਸੀਂ ਦੂਰ ਤੱਕ ਦੇਖ ਸਕਦੇ ਹੋ। ਇਹ ਆਪਾਂ ਹੁਣ ਇਸ ਟਾਈਮ ਖੜੇ ਆ ਬਸੀ ਦੇ ਬਿਲਕੁਲ ਨਾਲ ਪੈਂਦਾ ਜਰਖੇਲਾ ਖੇੜੀ, ਆਹ ਬਾਈਪਾਸ ਲੰਘਦਾ ਬਸੀ ਦਾ, ਇਹਦੇ ਅੰਦਰਲੀ ਸਾਈਡ ਖੇਤ ਨੇ, ਇਹਦੇ ਬਿਲਕੁਲ ਨੇੜੇ ਉਹ ਜਿਹੜਾ ਉਹਦੇ ਦਾ ਐਮ ਐਲ ਏ ਆ, ਹੈਪੀ ਐਮ ਐਲ ਏ ਕਹਿੰਦੇ ਆ, ਉਹਦਾ ਨੇੜੇ ਹੀ ਦਫ਼ਤਰ, ਇੱਥੋਂ 2 ਕਿਲੋਮੀਟਰ ਵੀ ਹੈ ਨੀ ਇੱਥੋਂ ਦੇਖਦਾ ਉਹ। ਕੋਈ ਵੀ ਨਾ ਐਮ ਐਲ ਏ ਨਾ ਹੀ ਕੋਈ ਸਰਕਾਰੀ ਅਧਿਕਾਰੀ ਇੱਥੇ ਇਹਨਾਂ ਦੀ ਕੋਈ ਸਾਰ ਲੈਣ ਆਇਆ। ਘੱਟੋ ਘੱਟ ਜੇ ਨਹੀਂ ਕੁਛ ਦਿੱਤਾ ਜਾਂਦਾ ਇਹਨਾਂ ਦੀ ਸਾਰ ਤਾਂ ਲੈ ਲੈਣ ਆ ਕੇ। ਜੇਕਰ ਅਸੀਂ ਕੋਈ ਕਿਸਾਨ, ਕਈ ਵਾਰੀ ਕਣਕ ਦੀ ਫਸਲ ਲੇਟ ਹੁੰਦੀ ਆ ਮਜਬੂਰੀ ਵਾਸਤੇ, ਝੋਨੇ ਦੀ ਰਹਿੰਦ ਖੁਦ ਨੂੰ ਅੱਗ ਲਾ ਦਿੰਦਾ, ਤਾਂ ਤੁਰੰਤ ਇੱਥੇ ਐਂਬੂਲੈਂਸਾਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਏ ਡੀ ਸੀ ਵਗੈਰਾ ਇਹੋ ਜਿਹੇ ਅਫਸਰ ਪਹੁੰਚਦੇ ਆ ਤੇ ਸਾਡੇ ਕਿਸਾਨਾਂ ਨੂੰ ਦਬਕਾਉਂਦੇ ਧਮਕਾਉਂਦੇ ਆ, ਤੁਹਾਡਾ ਕੇਸ ਵੀ ਪਾਉਂਦੇ ਨੇ। ਕਈ ਵਾਰੀ ਮਿੰਨਤਾਂ ਕਰਨ ਦੇ ਬਾਵਜੂਦ ਵੀ ਨਹੀਂ ਹਟਦੇ, ਨਹੀਂ ਨਹੀਂ ਇਸ ਦਾ ਕੇਸ ਪਾਵਾਂਗੇ। ਕਿਸਾਨ ਨੂੰ ਨੀਂਦ ਨਹੀਂ ਆਉਂਦੀ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਰਕਾਰੀ ਅਧਿਕਾਰੀ ਕਹਿ ਕੇ ਜਾਂਦੇ ਆ। ਅੱਜ ਇਹਨਾਂ ਦੀਆਂ ਹੁਣ ਕੀ ਅੱਖਾਂ ਬੰਦ ਹੋ ਗਈਆਂ, ਤੁਸੀਂ ਸਾਰੇ ਨਿਗਾਹ ਮਾਰ ਲਓ। ਕਿਸਾਨ ਦਾ ਇਸ ਤਰ੍ਹਾਂ ਜਦੋਂ ਨੁਕਸਾਨ ਹੁੰਦਾ ਤਾਂ ਸਾਨੂੰ ਮਜਬੂਰਨ ਬਸ ਦਫ਼ਤਰਾਂ ਦੇ ਘਿਰਾਓ ਕਰਨੇ ਪੈਂਦੇ ਆ, ਰੋਡ ਜਾਮ ਕਰਨੇ ਪੈਂਦੇ ਆ, ਤਾਂ ਸਾਨੂੰ ਇਸ ਤਰ੍ਹਾਂ ਦਾ ਇੱਕ ਮੁਰਝਮ ਬਣਾਉਂਦੇ ਨੇ ਕਿ ਜੀ ਇਹ ਤਾਂ ਰੋਡ ਜਾਮ ਕਰ ਦਿੰਦੇ ਨੇ, ਇਹ ਤਾਂ ਬਿਨਾਂ ਮਤਬਲ ਤੇ ਆ ਕੇ ਦਫ਼ਤਰ ਘੇਰੀ ਜਾਂਦੇ ਆ। ਅਸੀਂ ਆ ਹੁਣ ਦਿਖਾਉਣਾ ਚਾਹੁੰਦੇ ਆ ਵੀ ਦੇਖੋ ਇਹਨਾਂ ਕਿਸਾਨਾਂ ਦੀ ਪਲੀ ਪਲਾਈ ਫਸਲ ਇਕਦਮ ਤੈਸ਼ ਨੈਸ਼ ਹੋ ਗਈ, ਪਰ ਇੱਥੇ ਸਰਕਾਰੀ ਅਧਿਕਾਰੀ ਕੋਈ ਵੀ ਨਹੀਂ ਆਇਆ। ਭਗਵੰਤ ਮਾਨ ਜੀ ਕਹਿੰਦੇ ਸੀ ਜਦੋਂ ਮੇਰੀ ਸਰਕਾਰ ਬਣਾਓ ਮੇਰੀ ਸਰਕਾਰ ਖੇਤਾਂ 'ਚ ਚੱਲੂਗੀ। ਉਹ ਭਲਿਆ ਲੋਕਾਂ, ਤੇਰਾ ਤਾਂ ਇੱਥੇ ਐਮ ਐਲ ਏ ਨਹੀਂ ਪਹੁੰਚਿਆ, ਤੇਰੀ ਸਰਕਾਰ ਖੇਤਾਂ 'ਚੋਂ ਕਿੱਥੇ ਚੱਲੂਗੀ? ਨਾ ਹੀ ਕੋਈ ਹੇਠਲਾ ਅਧਿਕਾਰੀ ਆਉਂਦਾ, ਕੋਈ ਖੇਤੀਬਾੜੀ ਮਹਿਕਮੇ ਵਾਲਾ ਆਉਂਦਾ। ਇਹ ਵਿਚਾਰੇ ਦੁਖੀ ਨੇ, ਰੋਂਦੇ ਨੇ, ਜਿਨ੍ਹਾਂ ਦੇ ਪੱਲੇ ਕੱਖ ਨਹੀਂ ਰਿਹਾ, ਸਾਰਾ ਖਰਚਾ ਕਰਨ ਦੇ ਬਾਵਜੂਦ ਇਹਨਾਂ ਦੀ ਫਸਲ ਇਕਦਮ ਤੈਸ਼ ਨੈਸ਼ ਹੋ ਗਈ। ਕੁਛ ਸਰਕਾਰ ਨੂੰ ਸੋਚਣਾ ਚਾਹੀਦਾ। ਸਰਕਾਰ ਪਬਲਿਕ ਦੀ, ਆਵਾਮ ਦੀ ਮਾਈ ਬਾਪ ਹੁੰਦੀ ਆ, ਜੇ ਕੋਈ ਨੁਕਸਾਨ ਹੋ ਜੇ ਉਹਦੀ ਭਰਪਾਈ ਕਰਿਆ ਕਰਦੀ ਹੈ, ਪਰ ਇਹ ਸਰਕਾਰ ਪਤਾ ਨੀ ਕਿ, ਮੈਂ ਤਾਂ ਇਹਨੂੰ ਫੇਰ ਸਰਕਾਰ ਕਹੂੰਗਾ ਜਿਹੜੀ ਜਮਾ ਹੀ ਨੀ, ਬਿਲਕੁਲ ਨੀ ਪਹੁੰਚਿਆ। ਕੋਈ ਇਹਨਾਂ ਨੂੰ ਪੁੱਛ ਲਓ, ਇਹਨਾਂ ਤੋਂ ਇਹਨਾਂ ਨਾਲ ਗੱਲ ਕਰ ਲਓ ਵੀ ਕੋਈ ਅਧਿਕਾਰੀ ਪਹੁੰਚਿਆ ਉਰੇ ਜਾਂ ਨਹੀਂ ਪਹੁੰਚਿਆ, ਬਿਲਕੁਲ ਨੀ। ਜਦੋਂ ਇਹਨਾਂ ਨਾਲ ਗੱਲ ਕਰੀ ਆ ਕਹਿੰਦੇ ਕੋਈ ਨੀ ਪਹੁੰਚਿਆ, ਮੈਂ ਇੰਨਾ ਕਹਿੰਦਾ ਹੋਇਆ, ਬੇਨਤੀ ਕਰਦਾ ਕਿ ਜ਼ਰੂਰ ਉਰੇ ਕਿਸੇ ਨਾ ਕਿਸੇ ਅਧਿਕਾਰੀ ਨੂੰ ਪਹੁੰਚਣਾ ਚਾਹੀਦਾ। ਤੇ ਫਤਿਹ ਬੁਲਾਉਣਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ।